ਸਾਰਾਗੜ੍ਹੀ ਲੜਾਈ ਜਿਹੜੀ ਉਸ ਟਾਈਮ ਪਠਾਨਾਂ ਦੇ ਨਾਲ ਲੜੀ ਗਈ ਹੈ। ਜਦੋਂ ਬ੍ਰਿਟਿਸ਼ ਰਾਜ ਹੁੰਦਾ ਸੀ ਉਹਦੇ ਵਿੱਚ 21 ਸਿੱਖ ਜਿਹੜੇ ਸੋਲਜਰ ਸੀਗੇ ਉਹਨਾਂ ਨੇ ਲੜਾਈ ਬੜੇ ਵੱਡੇ ਤਰੀਕੇ ਨਾਲ ਲੜੀ, ਜਿਹੜੀ 6 ਘੰਟੇ 45 ਮਿੰਟ ਲਗਾਤਾਰ ਲੜਾਈ ਚਲੀ ਗਈ ਔਰ ਹਰ ਜਿਹੜਾ ਸੋਲਜਰ ਸੀਗਾ ਆਪਣੇ ਆਖਰੀ ਦਮ ਤੱਕ ਜਿੰਨੀ ਦੇਰ ਉਹ ਸ਼ਹੀਦ ਨਹੀਂ ਹੋਇਆ ਉਹ ਲੜਿਆ ਔਰ ਅੱਗੋਂ 10,000 ਪਠਾਨ ਸੀਗੇ, 10,000 ਪਠਾਨਾਂ ਦੇ ਨਾਲ ਬੜੀ ਦਲੇਰੀ ਅਤੇ ਬਹਾਦਰੀ ਨਾਲ ਲੜਿਆ। ਦੁਨੀਆ ਦੇ ਵਿੱਚ ਇੱਕੋ ਇੱਕ ਲੜਾਈ ਹੈ ਜਿਹੜੀ ਇੰਨੀ ਵੱਡੀ ਤਾਦਾਦ 'ਤੇ ਲੜੀ ਗਈ। ਹਾਲਾਂਕਿ ਪਠਾਨਾਂ ਨੇ ਉਹਨਾਂ ਨੂੰ ਔਫਰ ਵੀ ਦਿੱਤਾ ਸੀ ਕਿ ਸਾਡੀ ਤੁਹਾਡੀ ਕੌਮ ਨਾਲ ਤੁਹਾਡੇ ਨਾਲ ਕੋਈ ਲੜਾਈ ਨਹੀਂ, ਤੁਸੀਂ ਬਾਹਰ ਆ ਜਾਓ, ਪਰ ਉਹਨਾਂ ਨੇ ਆਪਣਾ ਫਰਜ਼ ਸਮਝਦੇ ਹੋਏ ਇਹ ਲੜਾਈ ਲੜੀ ਔਰ ਦੇਸ਼ ਦੇ ਲਈ ਲੜਾਈ ਲੜੀ। ਫਿਰੋਜ਼ਪੁਰ ਦੇ ਵਿੱਚ ਕੀ ਇਤਿਹਾਸ? ਫਿਰੋਜ਼ਪੁਰ ਦੇ ਵਿੱਚ ਇਹ ਛਾਉਣੀ ਸੀ, ਫਿਰੋਜ਼ਪੁਰ ਦੀ ਛਾਉਣੀ ਦੇ ਵਿੱਚ ਇੱਥੇ ਸਮਾਰਕ ਪਹਿਲੇ ਬਣਿਆ, ਫਿਰ 1904 ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਔਰ ਇਹ ਗੁਰਦੁਆਰਾ ਸਾਹਿਬ ਨੂੰ ਦੇ ਨਾਲ ਸਮਾਰਕ ਦੇ ਨਾਲ ਸੰਬੰਧਿਤ ਹੀ ਸਾਰਾਗੜ੍ਹੀ ਦੀ ਜਿਹੜੀਆਂ ਨਿਸ਼ਾਨੀਆਂ ਨੇ ਔਰ ਸਾਰਾਗੜ੍ਹੀ ਦੀ ਯਾਦ ਦੇ ਵਿੱਚ ਜਿਹੜੇ ਸਮਾਰਕ ਬਣੇ ਨੇ ਉਹ ਇੱਕ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ ਔਰ ਇੱਕ ਫਿਰੋਜ਼ਪੁਰ ਦੇ ਵਿੱਚ ਹੈ। ਫਿਰੋਜ਼ਪੁਰ ਦੇ ਇਤਿਹਾਸ ਨਾਲ ਜੁੜਿਆ ਹੋਇਆ ਔਰ ਇੱਥੇ 36 ਸਿੱਖ ਰੈਜੀਮੈਂਟ ਵੀ ਫਿਰੋਜ਼ਪੁਰ ਦੇ ਵਿੱਚ ਰਹੀ। ਔਰ ਦੇਖਿਆ ਜਾਵੇ ਤਾਂ ਹੁਣ ਇੱਥੇ ਮਿਊਜ਼ੀਅਮ ਵੀ ਬਣਾਇਆ ਗਿਆ ਤਾਂ ਜੰਗੀ ਯਾਦਗਾਰ ਵੀ ਬਣਾਈ ਗਈ। ਬੜੀ ਚੰਗੀ ਗੱਲ ਹੈ ਕਿ ਸਰਕਾਰਾਂ ਨੇ ਹੁਣ ਉਹਨਾਂ ਸ਼ਹੀਦਾਂ ਵੱਲ ਧਿਆਨ ਦੇਣਾ ਸ਼ੁਰੂ ਕਰਤਾ ਹੈ ਕਿ ਜੰਗੀ ਆਜ਼ਾਦ ਦੇ ਵਿੱਚ ਇਹਨਾਂ ਸ਼ਹੀਦਾਂ ਯਾਦ ਦੇ ਵਿੱਚ ਇੱਕ ਸਾਰਾਗੜ੍ਹੀ ਮਿਊਜ਼ੀਅਮ ਬਣਾਇਆ ਗਿਆ ਹੈ ਔਰ ਇੱਕ ਯਾਦ ਦੇ ਵਿੱਚ ਵੱਡਾ ਸਮਾਰਕ ਵੀ ਹੁਣ ਜਿਹਦਾ ਕੱਲ੍ਹ ਉਦਘਾਟਨ ਕਰਨ ਜਾ ਰਹੀ ਸਰਕਾਰ। ਪਰ ਮੈਂ ਇੱਥੇ ਡਿਮਾਂਡ ਕਰਦਾ ਕਿ ਸਾਰਾਗੜ੍ਹੀ ਦੇ ਸ਼ਹੀਦਾਂ ਦਾ ਜਿਹੜਾ ਪਿੱਛੇ ਜਿਹਾ ਸੀ, ਸਾਡੀ ਫਾਊਂਡੇਸ਼ਨ ਨੇ ਸਾਰਾਗੜ੍ਹੀ ਦੇ 125 ਸਾਲਾਂ ਦੇ ਸੰਬੰਧ ਦੇ ਵਿੱਚ ਡਾਕ ਟਿਕਟ ਵੀ ਰਿਲੀਜ਼ ਕਰਵਾਈ ਸੀ ਔਰ ਅਸੀਂ ਇਹ ਡਿਮਾਂਡ ਕਰਦੇ ਹਾਂ ਕਿ ਸਾਰਾਗੜ੍ਹੀ ਦਿਵਸ 'ਤੇ ਛੁੱਟੀ ਵੀ ਹੋਣੀ ਚਾਹੀਦੀ ਹੈ ਔਰ ਇਹ ਇਤਿਹਾਸ ਦੇ ਵਿੱਚ ਜਿਹੜਾ ਸਕੂਲ ਦੇ ਸਿਲੇਬਸ ਦੇ ਵਿੱਚ ਵੀ ਇਹ ਬੱਚਿਆਂ ਨੂੰ, ਹਾਲਾਂਕਿ ਅਦਰ ਕੰਟਰੀਆਂ ਨੇ ਇਹ ਇਤਿਹਾਸ ਪੜ੍ਹਾਉਣਾ ਸ਼ੁਰੂ ਕਰਤਾ, ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਇਤਿਹਾਸ ਅਜੇ ਨਹੀਂ ਚੰਗੀ ਤਰ੍ਹਾਂ ਪੜ੍ਹਾਇਆ ਜਾ ਰਿਹਾ। ਇਹਨੂੰ ਪੂਰੀ ਤਰ੍ਹਾਂ ਖੋਲ੍ਹ ਕੇ ਇਤਿਹਾਸ ਪੜ੍ਹਾਉਣਾ ਬੱਚਿਆਂ ਲਈ ਬਹੁਤ ਜ਼ਰੂਰੀ। ਦੂਰੋਂ ਦੂਰੋਂ ਲੋਕ ਇੱਥੇ ਆਉਂਦੇ ਆ ਸਾਰਾਗੜ੍ਹੀ ਇੱਥੇ ਦੇਖਣ ਜੀ, ਹਰ ਜਗ੍ਹਾ ਤੋਂ ਇੱਥੇ ਨਮਸਤਕ ਹੋਣ ਲੋਕ ਆਉਂਦੇ ਆ। ਮੈਂ ਜ਼ਿਕਰ ਕਰਾਂ ਕਿ ਪਿਛਲੇ 4-5 ਸਾਲ ਲਗਾਤਾਰ ਸਾਡੇ ਨਾਲ ਬ੍ਰਿਟਿਸ਼ ਡੈਲੀਗੇਟ, ਜਿਹੜੇ ਬ੍ਰਿਟਿਸ਼ ਆਰਮੀ ਜਿਹੜੀ ਅਕੈਡਮੀ ਤੋਂ ਇਹਨਾਂ ਦੀ ਰਿਕਰੂਟਮੈਂਟ ਹੋਈ ਸੀ ਇਹਨਾਂ ਸ਼ਹੀਦਾਂ ਦੀ, ਉਹ ਆਰਮੀ ਦੇ ਸੈਨਿਕ ਵੀ ਔਰ ਮੌਜੂਦਾ ਅਫਸਰ ਵੀ ਉੱਥੇ ਆਉਂਦੇ ਆ ਔਰ ਨਵੰਬਰ ਦੇ ਲਾਸਟ ਦੇ ਵਿੱਚ ਉਹ ਅਫਸਰ ਵੀ ਇੰਡੀਆ ਆਉਣ। ਕੀ ਨਾਮ ਹੈ ਤੁਹਾਡਾ ਪੂਰਾ? ਮੇਰਾ ਨਾਮ ਗੁਰਪ੍ਰੀਤ ਸਿੰਘ ਟਿੱਬੀ ਹੈ, ਮੈਂ ਵਾਈਸ ਚੇਅਰਮੈਨ ਹਾਂ ਸਾਰਾਗੜ੍ਹੀ ਫਾਊਂਡੇਸ਼ਨ ਦਾ। ਜਿਹੜਾ ਸਾਰਾਗੜ੍ਹੀ ਦਿਵਸ ਹੈ ਉਹ ਫਿਰੋਜ਼ਪੁਰ ਵਿਖੇ ਹਰ ਸਾਲ 12 ਸਤੰਬਰ ਨੂੰ ਮਨਾਇਆ ਜਾਂਦਾ ਹੈ ਅਤੇ ਪਿਛਲੇ ਸਾਲ CM ਸਾਹਿਬ ਆਏ ਸੀ ਅਤੇ ਉਹਨਾਂ ਨੇ ਇਹ ਸਾਰਾਗੜ੍ਹੀ ਜੰਗੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਕੱਲ੍ਹ ਨੂੰ ਡਾਕਟਰ ਬਲਜੀਤ ਕੌਰ ਆ ਰਹੇ ਨੇ। ਜਿਹੜਾ ਸਾਰਾਗੜ੍ਹੀ ਜਿਹੜਾ ਜੰਗੀ ਯਾਦਗਾਰ ਹੈ ਉਹ ਬਣ ਕੇ ਪੂਰੀ ਹੋ ਚੁੱਕੀ ਹੈ, ਉਹਦਾ ਉਦਘਾਟਨ ਕੀਤਾ ਜਾਣਾ ਹੈ ਅਤੇ ਬੜਾ ਇਤਿਹਾਸਿਕ ਦਿਨ ਹੈਗਾ ਕਿਉਂਕਿ ਸਾਰਾਗੜ੍ਹੀ ਲੜਾਈ ਜਿਹੜੀ ਕਿ ਦੁਨੀਆ ਦੀ ਕੁਛ ਲੜਾਈਆਂ ਦੇ ਵਿੱਚ ਬਹਾਦਰੀ ਦੀ ਮੰਨੀ ਜਾਂਦੀ ਹੈ, ਉਹਦੀ ਕੋਈ ਵੀ ਯਾਦਗਾਰ ਸਾਡੇ ਇੰਡੀਆ ਦੇ ਵਿੱਚ ਨਹੀਂ ਸੀ ਅਤੇ ਪਹਿਲੀ ਯਾਦਗਾਰ ਜਿਹੜੀ ਕਿ ਫਿਰੋਜ਼ਪੁਰ ਵਿਖੇ ਬਣਾਈ ਜਾ ਰਹੀ ਹੈ। ਸਰ ਮਿਊਜ਼ੀਅਮ ਵੀ ਬਣਾਇਆ ਗਿਆ ਔਰ ਜੰਗੀ ਯਾਦਗਾਰ ਵੀ ਬਣਾਈ ਗਈ ਹੈ ਜੀ? ਹਾਂਜੀ, ਪਹਿਲਾਂ ਜਿਹੜਾ ਸਰਕਾਰ ਵੱਲੋਂ ਮਿਊਜ਼ੀਅਮ ਬਣਾਇਆ ਗਿਆ ਹੈ ਅਤੇ ਉਹਦੀ ਪਿਛਲੇ 3-4 ਮਹੀਨੇ ਪਹਿਲਾਂ ਇਨੋਗਰੇਸ਼ਨ ਹੋਈ ਸੀ ਅਤੇ ਹੁਣ ਇਹ ਜੰਗੀ ਯਾਦਗਾਰ ਹੈ। ਇਹ ਬੜਾ ਜਿਹੜੇ ਸਾਡੇ ਪੰਜਾਬੀ ਭਰਾ ਨੇ
ਅਤੇ ਪੂਰੇ ਦੁਨੀਆ ਦੇ ਵਿੱਚੋਂ ਸਾਡੇ ਭਾਰਤ ਦੇ ਵਿੱਚੋਂ ਲੋਕ ਰਹਿਣਗੇ ਅਤੇ ਉਹਨਾਂ ਦੀ ਸ਼ਹਾਦਤ ਹੈ ਉਹਨੂੰ ਪ੍ਰਣਾਮ ਕਰਦੇ। ਸਰ ਗੁਰਦੁਆਰਾ ਸਾਹਿਬ ਦੇ ਚਾਰੋਂ ਗੇਟ ਇੱਕੋ ਨਾਲ ਦੇ ਹੈਗੇ ਹੈ। ਹਾਂ, ਇਹ ਨਾ ਬਹੁਤ ਇਤਿਹਾਸਿਕ ਹੈ ਵੀ 1904 ਦੇ ਵਿੱਚ ਲੋਕਾਂ ਨੇ ਆਪਣਾ ਪੈਸੇ ਇਕੱਠੇ ਕਰਕੇ, ਉਹਨਾਂ ਦਿਨਾਂ 'ਚ ਉਹਨਾਂ ਨੇ 25-26 ਹਜ਼ਾਰ ਰੁਪਇਆ ਇਕੱਠਾ ਕੀਤਾ ਸੀ, ਉਹ ਤੋਂ ਬਣਿਆ ਸੀ ਤਾਂ ਇਹ ਤਕਰੀਬਨ 125 ਸਾਲ ਪੁਰਾਣਾ ਗੁਰਦੁਆਰਾ ਸਾਹਿਬ ਹੈ, ਜਿਹਦੀ ਮੇਨਟੇਨੈਂਸ ਫਿਰੋਜ਼ਪੁਰ ਪ੍ਰਸ਼ਾਸਨ ਅਤੇ ਕੰਟੋਨਮੈਂਟ ਬੋਰਡ ਵੱਲੋਂ ਕੀਤੀ ਜਾਂਦੀ ਹੈ ਅਤੇ ਇਹ ਦੋਨੋਂ ਰਲ ਮਿਲ ਕੇ ਹੀ ਜੁਆਇੰਟ ਰੂਪ ਦੇ ਵਿੱਚ ਇਹਦੀ ਮੇਨਟੇਨ ਕਰਦੇ ਨੇ ਅਤੇ ਅੱਗੇ ਵੀ ਐਂ ਚੱਲਦਾ ਰਹੇ। ਸਰ, ਜੰਗੀ ਯਾਦਗਾਰ ਐਤਕੀ ਅਜੇ ਸਰਕਾਰ ਨੇ ਕਿੰਨੇ ਕਰੋੜ ਦੀ ਜਿਹੜੀ ਹੈ ਉਹ ਬਣਾਈ ਹੈਗੀ ਹੈ? ਤਕਰੀਬਨ 2 ਕਰੋੜ ਦੀ ਜਿਹੜੀ ਹੈਗੀ ਹੈ ਉਹ ਜੰਗੀ ਯਾਦਗਾਰ ਬਣੀ ਹੈ ਅਤੇ 2 ਕਰੋੜ ਦਾ ਹੀ ਜਿਹੜਾ ਮਿਊਜ਼ੀਅਮ ਬਣਾਇਆ ਗਿਆ ਹੈ ਅਤੇ ਬੜੀ ਸੋਹਣਾ ਬਣਿਆ ਹੈ ਅਤੇ ਲੋਕਾਂ ਨੂੰ ਦੇਖ ਕੇ ਜਿਹੜਾ ਉਹਨਾਂ ਦੀ ਕੁਰਬਾਨੀ ਨੂੰ ਯਾਦ ਆਊਗੀ ਵੀ ਉਹਨਾਂ ਨੇ ਆਪਣੇ ਦੇਸ਼ ਦੇ ਵਾਸਤੇ, ਆਪਣੀ ਕੌਮ ਦੇ ਵਾਸਤੇ ਸ਼ਹਾਦਤ ਦਿੱਤੀ। ਥੈਂਕ ਯੂ ਸਰ। ਥੈਂਕ ਯੂ।